ਮਤਲਬ ਗੁਰਦਾਸਪੁਰ ਤੁਸੀਂ ਨਹੀਂ ਲੈ ਕੇ ਆਏ ਹਾਂ ਅਤੇ ਰਾਤ ਫਗਵਾੜੇ ਰੁਕੇ ਹਾਂ ਅਤੇ ਹੁਣ ਫਤਿਹਗੜ੍ਹ ਸਾਹਿਬ ਵੱਲ ਨੂੰ ਅਤੇ ਉਸ ਤੋਂ ਅੱਗੇ ਸੰਭੂ ਬਾਰਡਰ 'ਤੇ ਉੱਥੇ ਜਾ ਕੇ ਆਪਾਂ ਜੋ ਵੀ ਸਰਕਾਰ ਸਾਡੇ ਸਵਾਗਤ ਵਾਸਤੇ ਖੜ੍ਹੀ ਹੈ ਜਿਸ ਤਰੀਕੇ ਦੀਆਂ ਸਰਕਾਰ ਦੀਆਂ ਤਿਆਰੀਆਂ ਨੇ ਉਸੇ ਤਰੀਕੇ ਨਾਲ ਅਸੀਂ ਵੀ ਤਿਆਰੀਆਂ ਕਰਕੇ ਆਏ ਹਾਂ। 6-6 ਮਹੀਨੇ ਦਾ ਰਾਸ਼ਨ ਆਪਣੀਆਂ ਟਰਾਲੀਆਂ ਦੇ ਵਿੱਚ ਰੱਖ ਲਿਆ ਵਾ, ਜਿੱਥੇ ਮਰਜ਼ੀ ਸਾਨੂੰ ਸਰਕਾਰ ਰੋਕ ਲਵੇ, ਜਿੱਥੇ ਜਿੱਦਾਂ ਸਰਕਾਰ ਸਾਡਾ ਨਿਬੜੇਗੀ ਉਸ ਤਰੀਕੇ ਨਾਲ ਅਸੀਂ ਵੀ ਤਿਆਰ ਹਾਂ ਨਿਬੜਨ ਨੂੰ ਸਰਕਾਰ ਦੇ ਨਾਲ। ਦੇਖੋ ਜੀ, ਸਾਡਾ ਧਰਨਾ ਲਾਉਣਾ, ਮੁਜ਼ਾਹਰੇ ਕਰਨੇ ਕੋਈ ਮੋਸ਼ ਦਾ ਸਵਾਲ ਨਹੀਂ, ਕੋਈ ਅਣਖ ਦਾ ਸਵਾਲ ਨਹੀਂ ਹੈ। ਜੇ ਸਾਡੀਆਂ ਸਰਕਾਰਾਂ ਸਾਡੀਆਂ ਮੰਗਾਂ ਵੱਲ ਧਿਆਨ ਦਿੰਦੀ ਹੈ, ਮੰਗਾਂ ਨੂੰ ਮੰਨਦੀ ਹੈ, ਤੇ ਬਿਲਕੁਲ ਅਸੀਂ ਕੋਈ ਧਰਨਾ ਨਹੀਂ ਲਾਵਾਂਗੇ। ਆਪੋ ਆਪਣੇ ਘਰ ਨੂੰ ਵਾਪਸ ਅਸੀਂ ਕਾਰੋਬਾਰਾਂ ਵਾਲੇ ਲੋਕਾਂ। ਮੇਨ ਮੰਗ ਸਾਡੀ MSP ਹੈ, ਵੀ ਜੇ ਸਾਨੂੰ ਮੈਕਸੀਮਮ ਜਿਹੜਾ ਪ੍ਰਾਈਜ਼ ਹੈ ਫਸਲਾਂ ਦਾ ਉਹ ਮਿਲਣਾ ਚਾਹੀਦਾ, ਜੋ ਕਿ ਸਰਕਾਰ ਨੇ ਮੰਨਿਆ ਵੀ ਹੈ, ਮੰਨ ਕੇ ਉਹਨੂੰ ਲਾਗੂ ਨਹੀਂ ਕੀਤਾ। ਦਿੱਲੀ ਮੋਰਚੇ ਦੀਆਂ ਮੰਗਾਂ ਜੋ ਸਾਡੇ PM ਸਾਹਿਬ ਨੇ ਮੰਨ ਲਈਆਂ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ, ਬਿਲਕੁਲ ਲੋਕਾਂ ਦੇ ਨਾਲ ਧੋਖਾ ਨੇ। ਨਾ ਤਾਂ ਇਲੈਕਸ਼ਨ ਵਾਲੀਆਂ ਮੰਗਾਂ ਲਾਗੂ ਕੀਤੀਆਂ ਨੇ ਜੋ ਵਾਅਦੇ ਕੀਤੇ ਸਾਡੇ ਨਾਲ, ਅਤੇ ਨਾ ਸਾਡੇ ਨਾਲ ਦਿੱਲੀ ਮੋਰਚੇ ਦੀ ਮੰਗ, ਸਰਕਾਰ ਨੇ ਮੰਗਾਂ ਮੰਨੀਆਂ, ਕੋਈ ਮੰਗ ਨਹੀਂ ਪੂਰੀ ਕੀਤੀ। ਬਿਲਕੁਲ ਨਹੀਂ ਜੀ, ਸਾਡੇ ਜਿਹੜੇ ਸ਼ਹੀਦ ਪਰਿਵਾਰਾਂ ਦਾ ਮੁਆਵਜ਼ਾ ਵੇ ਜਿਹੜਾ ਉਹਦੇ 'ਚ ਮੁਆਵਜ਼ਾ ਦੇ ਤਾ, ਨੌਕਰੀਆਂ ਬਾਕੀ ਪਈਆਂ ਨੇ, ਪਰਚੇ ਕਿਸਾਨਾਂ ਦੇ ਰੱਦ ਕਰਨ ਵਾਲੇ ਉਹ ਬਾਕੀ ਪਏ ਨੇ। ਸਾਡੇ ਲਖੀਮਪੁਰ ਖੀਰੀ ਵਾਲਾ ਜਿਹੜਾ ਕੇਸ ਆ ਉਹ ਸਾਡਾ ਵੱਖ ਪਿਆ ਵਾਪਸ, MSP ਦਾ ਮਸਲਾ ਵੱਖਰਾ ਸਾਡਾ। ਬਿਲਕੁਲ ਜੀ, ਦਿਨਾਂ ਵਾਲੀ ਗੱਲ ਨਹੀਂ ਹੈ ਜੀ, ਲੜਾਈਆਂ ਨੇ ਤੇ ਜਿੰਨਾ ਚਿਰ ਸਰਕਾਰ ਬਿਠਾਏਗੀ ਅਸੀਂ ਬਹਿਣ ਨੂੰ ਤਿਆਰ ਹਾਂ। ਪੰਜ ਦਰਿਆਵਾਂ ਦੀ ਧਰਤੀ ਆ, ਫਤਿਹ ਕਰਕੇ ਮੋਰਚਾ ਹੋਏਗੀ। ਬਿਲਕੁਲ ਜੀ, ਇਰਾਦੇ ਪੱਕੇ ਨੇ, ਮਜ਼ਬੂਤ ਨੇ, ਤੁਰੇ ਆ ਤੇ ਧੁਰ ਤੱਕ ਪਹੁੰਚਾਂਗੇ। ਬੇਸ਼ੱਕ ਜਿੰਨੀਆਂ ਮਰਜ਼ੀ ਮੁਸ਼ਕਲਾਂ ਕੇ ਆਉਣ, ਉਹਨਾਂ ਮੁਸ਼ਕਲਾਂ ਨਾਲ ਨਿਬੜਨ ਵਾਸਤੇ ਘਰੋਂ ਤਿਆਰ ਹਾਂ, ਅਤੇ ਜਾਂ ਸਭ ਕੀ ਕਹਿੰਦੇ ਸਲਫਾਸਾਂ ਜਾਣਗੀਆਂ ਜਾਂ ਲਾਸ਼ਾਂ ਜਾਣਗੀਆਂ, ਇੱਦਾਂ ਨਹੀਂ ਮੁੜਦੇ, ਗਏ ਹਾਂ ਅਤੇ ਬਿਲਕੁਲ ਢੁੱਕੀ ਡਾ ਕੇ ਇੱਕ ਵਾਰੀ ਆਵਾਂਗੇ ਪੂਰੀ ਜੀ। ਕਿਹੜੇ ਪਿੰਡਾਂ ਦੀਆਂ ਜਿਹੜੀਆਂ ਟਰਾਲੀਆਂ ਇੱਥੋਂ ਨਿਕਲ ਰਹੀਆਂ ਨੇ? ਇਹ ਜੀ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਜੀ। ਇਹ ਗਿਣਤੀ ਨਹੀਂ ਜੀ ਕਰ ਸਕਦੇ ਅਸੀਂ ਆਪਣੇ, ਅਸੀਂ ਬਾਕੀ ਕਿਸਾਨ ਰਹਿ ਗਏ ਜਿਹੜੇ ਘਰੇ ਬੈਠੇ, ਉਹਨਾਂ ਬਾਰੇ ਕੀ ਕਰਾਂਗੇ? ਉਹਨਾਂ ਨੂੰ ਕਹਾਂਗੇ ਭਾਈ ਇਹ ਦਿੱਲੀ ਮੋਰਚਾ ਜਿਹੜਾ 2 'ਚ ਚੱਲ ਰਿਹਾ ਵਾ, ਇਹ ਪਹਿਲੇ ਮੋਰਚੇ ਨਾਲੋਂ ਵੀ ਵੱਡਾ, ਕਿਉਂਕਿ ਉਸ ਮੋਰਚੇ ਦੇ ਵਿੱਚ ਸਰਕਾਰ ਸਾਡੇ ਨਾਲ ਵਾਅਦਾ ਖਿਲਾਫੀ ਕਰ ਗਈ ਹੈ। ਪਰ ਹੁਣ ਉਹ ਵੀ ਜਿਹੜੀਆਂ ਰਹਿੰਦੀਆਂ ਕਸਰਾਂ ਨੇ ਇੱਥੇ ਕੱਢ ਕੇ ਆਵਾਂਗੇ, ਕਿਉਂਕਿ ਹੁਣ ਇਹ ਸਰਕਾਰਾਂ ਸਾਡੇ ਘਰਾਂ ਵੱਲ ਆਉਂਦੀਆਂ, ਵੋਟ ਬੈਂਕ ਵੱਲ ਆਉਂਦੀਆਂ, ਅਤੇ ਅਸੀਂ ਇਹਨਾਂ ਵੱਲ ਪਹਿਲਾਂ ਪਹੁੰਚੀਏ, ਸਾਡੇ ਨਾਲ ਗੱਲ ਕਰੋ ਫਿਰ ਸਾਡੇ ਵੱਲ ਆਓ। ਬਿਲਕੁਲ ਜੀ, ਸਾਡੇ ਮਨਾਉਣ ਦੇ ਇਰਾਦੇ ਨੇ, ਅਸੀਂ ਇਹ ਵਿਸ਼ਵਾਸ ਲੈ ਕੇ ਆਏ ਹਾਂ ਕਿ ਅਸੀਂ ਜਿੱਤ ਕੇ ਆਉਣਾ ਜੀ, ਨਹੀਂ ਆਉਣਾ ਉੱਦਾਂ ਆਉਣਾ। ਰਾਜਨੀਤਿਕ ਪਾਰਟੀਆਂ ਵੀ ਸਮਰਥਨ ਦੇਣਾ ਸਟਾਰਟ ਕਰ ਦਿੱਤਾ, ਵੀ ਉਹ ਠੀਕ ਹੈ? ਵੇਖੋ ਜੀ, ਉਹਨਾਂ ਦੇ ਆਪਣੇ, ਉਹਨਾਂ ਦਾ ਆਪਣਾ ਵੈ, ਜੇ ਉਹ ਚੰਗੇ ਕੰਮ ਵਾਸਤੇ ਉਹ ਬਣੀਆਂ ਨੇ, ਜੇ ਜੋ ਵੀ ਸਾਡੀ ਉਹ ਰਾਜਨੀਤਿਕ ਅਦਾਰਾ ਵਾ, ਉਹ ਲੋਕਾਂ ਦੀ ਮੰਗਾਂ ਵਾਸਤੇ, ਲੋਕਾਂ ਦੀਆਂ ਮੰਗਾਂ ਵਾਸਤੇ ਅਸੀਂ ਲੜਦੇ ਹਾਂ, ਜੇ ਉਹ ਖੜਦੇ ਨਾਲ ਤਾਂ ਬਹੁਤ ਵਧੀਆ ਗੱਲ ਆ। ਇਹ ਜੋ ਧਰਨੇ ਲੱਗਦੇ ਨੇ, ਧਰਨੇ ਸਰਕਾਰ ਦੀ ਮਿਹਰਬਾਨੀ ਨਾਲ ਲੱਗਦੇ ਨੇ, ਕਰਦੀ ਕੁਛ ਕਮਾਉਂਦੀ ਕੁਛ, ਹੁਣ ਜਿਹੜੇ ਆ ਗਏ ਨੇ ਬੰਦੇ ਆ ਗਏ ਨੇ, ਬਾਕੀ ਕਾਫਲੇ ਹੋਰ ਮਗਰ ਤਿਆਰ ਨੇ, ਕੱਲ੍ਹ ਤੱਕ ਉਹ ਵੀ ਪੜ ਜਾਣਗੇ, ਪਤਾ ਨਹੀਂ ਕਿੰਨੇ ਆਉਣਗੇ ਕਿੰਨੇ ਨਹੀਂ ਆਉਣਗੇ, ਇਹ ਤਾਂ ਰੱਬ ਜਾਣੇ। ਜੋ ਸਰਕਾਰ ਕਰੇਗੀ, ਅਸੀਂ ਜਾਂ ਮਰਾਂਗੇ ਜਾਂ ਜਿੱਤਾਂਗੇ, ਤਾਂ ਵਾਪਸ ਜਾਵਾਂਗੇ, ਨਹੀਂ ਤਾਂ ਨਹੀਂ ਜਾਵਾਂਗੇ। ਮਰਾਂਗੇ।